तेरा जस गावा जी, रहमत करियो सत।
ਰਵੀ ਬਣੀ ਦਾ ਕੀਰਤਨ ਕਰਕੇ ਸਰਵਣ ਕਰਵਾਇਆ ਹੈ। ਕੀਰਤਨ ਦਾ ਆਖਰੀ ਸ਼ਬਦ ਸਿਮਰਨ ਦੇ ਬਾਬਤ ਹੈ ਕਿ ਸਿਮਰਨ ਦੇ ਵਿੱਚੋਂ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਦੁਨੀਆਂ ਦਾ ਹਰ ਬੰਦਾ ਸੁੱਖ ਮੰਗਦਾ ਹੈ ਤੇ ਜਦੋਂ ਸੁੱਖ ਮੰਗਣ ਵਾਲੇ ਤੋਂ ਸਵਾਲ ਪੁੱਛਿਆ ਜਾਵੇ ਕਿ ਸੁੱਖ ਕਿੰਨੇ ਚੱਲਣਾ ਚਾਹੀਦਾ ਹੈ, ਬੰਦਾ ਆਖਦਾ ਵੀ ਸਾਰਾ ਦਾ ਸੁੱਖ ਚਾਹੀਦਾ ਹੈ, ਇੱਕ ਮਹੀਨੇ ਦਾ ਜਾਂ 10 ਦਿਨਾਂ ਦਾ ਸੁੱਖ ਨਹੀਂ ਚਾਹੀਦਾ, ਸਦਾ ਦਾ ਸੁੱਖ ਚਾਹੀਦਾ ਹੈ। ਤੇ ਗੁਰਬਾਣੀ ਆਖਦੀ ਹੈ ਕਿ ਜੇ ਸਦਾ ਸੁਖੀ ਰਹਿਣਾ ਤਾਂ ਤੈਨੂੰ ਸਦਾ ਸਿਮਰਨਾ ਪੈਣਾ ਹੈ, ਤੈਨੂੰ ਸਦਾ ਸਿਮਰਨ ਕਰਨਾ ਪੈਣਾ ਹੈ। ਜਿਹੜਾ ਸਿਮਰਨ ਹੈ ਪ੍ਰਮਾਤਮਾ ਦਾ ਇਹ ਅਸਲ ਇਹਦੇ ਵਿੱਚ ਬੰਦੇ ਦੇ ਜਨਮ ਤੋਂ ਪਹਿਲਾਂ ਆਰੰਭ ਹੁੰਦਾ ਹੈ। ਬੰਦੇ ਦਾ ਜਨਮ ਮਾਤ ਗਰਭ ਤੇ ਜਿਹੜਾ ਸਿਮਰਨ ਹੈ ਉਹ ਪਹਿਲਾਂ ਆਰੰਭ ਹੋ ਜਾਂਦਾ ਹੈ। ਮਾਤ ਗਰਭ ਹੈ ਆਪਰ ਸਿਮਰਨ ਦੇ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੋਹਣੇ ਬਚਨ ਆਪਾਂ ਪੜ੍ਹਦੇ ਹਾਂ ਕਿ ਮਾਂ ਦੇ ਉਦਰ ਦੇ ਵਿੱਚ ਬੰਦੇ ਦੀ ਬਦਲੀ ਸ਼ੁਰੂ ਹੋ ਜਾਂਦੀ ਹੈ। ਜੇ ਮਾਂ ਦੇ ਗਰਭ ਵਿੱਚ ਸਿਮਰਨ ਛੁੱਟ ਜਾਂਦਾ ਤੇ ਇਹ ਸਰੀਰ ਗਲ ਜਾਣਾ ਸੀ। ਜੇ ਮਾਂ ਦੇ ਗਰਭ ਵਿੱਚ ਸਿਮਰਨ ਛੁੱਟ ਜਾਂਦਾ ਤੇ ਸਰੀਰ ਗਲ ਜਾਣਾ ਸੀ, ਤੇ ਜੇ ਜੀਵਨ ਵਿੱਚ ਸਿਮਰਨ ਛੁੱਟ ਜਾਏ ਤੇ ਜੀਵਨ ਵੀ ਗਲ ਜਾਏਗਾ। ਜੇ ਜੀਵਨ ਨੂੰ ਬਚਾਉਣਾ ਹੈ ਤੇ ਸਿਮਰਨ ਬੜਾ ਜ਼ਰੂਰੀ ਹੈ। ਆਓ ਸਾਰੀ ਸੰਗਤ ਦੋ ਵਾਰ ਵਾਹਿਗੁਰੂ ਟਾਈਮ ਕੇਂਦਰ ਹੋਏ, ਆਪਾਂ ਰੱਬੀ ਬਾਣੀ ਦੇ ਨਾਲ ਆਪਣੇ ਹਿਰਦੇ ਨੂੰ ਹੋਰ ਨੇੜੇ ਕਰਨ ਵਾਸਤੇ ਫਤਿਹ ਦਾ ਸਿਮਰਨ ਕਰ ਲਈਏ। ਸਾਰੀ ਸੰਗਤ ਫਤਿਹ ਲਓ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਦੀ ਬਾਬੇ ਦੇ ਸਪਾਵਨ ਪਵਿੱਤਰ ਸਥਾਨ ਜਿੱਥੇ ਗਦੀ ਬਾਬੇ ਨੇ ਬਹਿ ਕੇ ਭਗਤੀ ਕੀਤੀ ਆ, ਜਿੱਥੇ ਗੁਰੂ ਚਰਨਾਂ ਨੂੰ ਪ੍ਰੀਤਾਂ ਪਾਈਆਂ, ਉਹਨਾਂ ਦੇ ਇਸ ਪਵਿੱਤਰ ਸਥਾਨ ਦੇ ਉੱਤੇ ਮੈਂ ਆਪ ਜੀ ਦੇ ਦਰਸ਼ਨ ਕਰ ਰਿਹਾ। ਆਪਣੇ ਆਪ ਨੂੰ ਬੜਾ ਭਾਗਾ ਸਮਝਦਾ, ਗੁਰੂ ਤੁਹਾਡੇ ਸਾਰੇ ਵੱਲ ਪਿਆਰ ਬਣਾਈ ਰੱਖਣ। ਮੈਂ ਕਿਤੇ ਭੁੱਲਣਾ ਜਾਵਾਂ ਪ੍ਰਬੰਧਕ ਸਾਹਿਬਾਨਾਂ ਵੱਲੋਂ ਮੈਨੂੰ ਹੁਕਮ ਹੋਇਆ ਕਿ ਸੰਗਤ ਨੂੰ ਬੇਨਤੀ ਕਰਕੇ ਉਹ ਥੋੜਾ ਥੋੜਾ ਅੱਗੇ ਨੂੰ ਹੋ ਕੇ ਬੈਠਣ ਦੀ ਕਿਰਪਾਲ ਕਰੋ। ਬਹੁਤੀਆਂ ਸੰਗਤਾਂ ਜਿਹੜੀਆਂ ਬਾਹਰ ਆਉਂਦੀਆਂ ਉਹ ਚੇਤੇ ਤੌਰ ਤੇ ਬੀਬੀਆਂ ਭੈਣਾਂ ਨੂੰ ਆਖਾਂਗਾ ਕਿ ਥੋੜਾ ਥੋੜਾ ਅੱਗੇ ਹੋ ਕੇ ਇੱਕ ਦੂਜੇ ਦਾ ਸਹਿਯੋਗ ਦਿਓ। ਸੰਗਤਾਂ ਹੋਰ ਜਿਹੜੀਆਂ ਆ ਰਹੀਆਂ ਉਹ ਬਾਹਰ ਨਮਸਕਾਰ ਕਰਕੇ ਚਲੀਆਂ ਜਾਂਦੀਆਂ, ਇੱਕ ਦੂਜੇ ਦਾ ਸਹਿਯੋਗ ਦੇ ਕੇ ਬਿਠਾਉਣ ਦੀ ਕਿਰਪਾਲ ਕਰੋ। ਪ੍ਰਾਰਥਨਾ ਕਰਦੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਪਿਆਰਿਆਂ ਦਾ ਪਵਿੱਤਰ ਸਥਾਨ ਹੈ, ਗਦੀ ਬਾਬੇ ਦਾ ਸਥਾਨ ਹੈ, ਇਹਨਾਂ ਨੇ ਕੈਸਾ ਇਤਿਹਾਸ ਬਣਾਇਆ, ਉਸ ਇਤਿਹਾਸ ਦੀ ਗੱਲ ਮੈਂ ਤੁਹਾਡੀ ਸੇਵਾ ਦੇ ਉੱਤੇ ਰੱਖਣ ਲੱਗਾ। ਅੱਜ 8 ਅਪ੍ਰੈਲ ਹੈ, 8 ਅਪ੍ਰੈਲ ਦਾ ਦਿਨ ਸਿੱਖ ਇਤਿਹਾਸ ਦੇ ਪੰਨਿਆਂ ਦੇ ਉੱਤੇ ਬੜੇ ਸੁਨਹਿਰੀ ਅੱਖਰਾਂ ਦੇ ਉੱਤੇ ਲਿਖਿਆ ਗਿਆ ਹੈ। 8 ਅਪ੍ਰੈਲ 1929 ਵਾਲੇ ਦਿਨ ਸਰਦਾਰ ਭਗਤ ਸਿੰਘ ਜੀ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਬੰਬ ਚਲਾਇਆ ਤੇ ਉਹ ਜਿਹੜਾ ਬੰਬ ਸੀ ਉਹ ਮਾਰੂ ਨਹੀਂ ਸੀ, ਉਹ ਜਿਹੜਾ ਬੰਬ ਸੀ ਉਹ ਮਾਰੂ ਨਹੀਂ ਸੀ, ਕੇਵਲ ਦਾ ਕੇਵਲ ਬ੍ਰਿਟਿਸ਼ ਹਕੂਮਤ ਦਾ ਧਿਆਨ ਖਿੱਚਣ ਵਾਸਤੇ ਉਹਨਾਂ ਨੇ ਕੰਮ ਕੀਤਾ ਤੇ ਜਿਸ ਮੌਕੇ ਬੰਬ ਚਲਿਆ ਉਹ ਬਾਅਦ ਵਿੱਚ ਭੱਜੇ ਨਹੀਂ, ਤੇ ਜਿਹੜਾ ਉਹਨਾਂ ਦਾ ਸਾਥੀ ਉਪਦੇਸ਼ ਵਾਲਾ ਵੀ ਕੇ ਦਾਤ ਉਹ ਵੀ ਭੱਜਿਆ ਨਹੀਂ, ਉਹਨਾਂ ਗ੍ਰਿਫਤਾਰੀ ਦੇ ਦਿੱਤੀ। ਜਦੋਂ ਤਲਾਸ਼ੀ ਲਈ ਗਈ ਸਰਦਾਰ ਭਗਤ ਸਿੰਘ ਦੇ ਗਰਭ ਵਿੱਚ ਰਵਾਲ ਪਰ ਫੜਿਆ ਗਿਆ। ਜੇਕਰ ਰਵਾਲ ਪਰ ਲੱਗ ਕੇ ਨਾ ਜਾਂਦੇ ਤਾਂ ਸ਼ਾਇਦ ਭਗਤ ਸਿੰਘ ਜੀ ਨੂੰ ਫਾਂਸੀ ਹੋਦੀ, ਉਹਨਾਂ ਨੂੰ ਕੇਵਲ ਤੇ ਕੇਵਲ ਉਮਰ ਕੈਦ ਦੀ ਸਜ਼ਾ ਸੁਣਾਈ ਜਾਣੀ ਸੀ। ਉਹਨਾਂ ਦੀ ਇੱਕ ਉਹ ਨਿੱਕੇ ਦਾ ਭੁਲੇਖੇ ਨੇ ਨਿੱਕੇ ਦੇ ਭਰ ਨੇ ਰਵਾਲ ਪਰ ਨਾਲ ਲੈ ਕੇ ਜਾਣ ਦੇ ਕਾਰਨ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਅੱਜ ਇਹ ਦਿਨ 8 ਅਪ੍ਰੈਲ ਵਾਲੇ ਦਿਨ ਸਰਦਾਰ ਭਗਤ ਸਿੰਘ ਤੇ ਵੀ ਕੇ ਦਾਤ ਉਹਨਾਂ ਨੇ ਅਸੈਂਬਲੀ ਦੇ ਵਿੱਚ ਬੰਬ ਚਲਾਇਆ ਸੀ ਤੇ ਆਪਾਂ ਗੰਦੀ ਬਾਬਾ ਦੇ ਸਥਾਨ ਤੇ ਬੈਠੇ ਆ। ਇਹਨਾਂ ਦੇ ਨਾਲ ਦੀ ਮੂਵਮੈਂਟ ਹੈ ਬਬਰ ਅਕਾਲੀ ਲਹਿਰ। ਬਬਰ ਅਕਾਲੀ ਲਹਿਰ ਦੇ ਮੁਖੀ ਸਨ ਸਰਦਾਰ ਕਿਸ਼ਨ ਸਿੰਘ ਗੜਗਾਜ। ਸਰਦਾਰ ਕਿਸ਼ਨ ਸਿੰਘ ਗੜਗਾਜ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਗੜਗਾਜ ਸਾਹਿਬ ਨੇ ਆਪਣੀ ਜਗ੍ਹਾ ਦੇ ਉੱਤੇ ਬਬਰ ਅਕਾਲੀ ਮੂਵਮੈਂਟ ਦੇ ਪ੍ਰਚਾਰ ਦੀਆਂ ਜ਼ਿੰਮੇਵਾਰੀਆਂ ਤੇ ਸਾਰੀਆਂ ਜ਼ਿੰਮੇਵਾਰੀਆਂ ਸਰਦਾਰ ਕਰਮ ਸਿੰਘ ਝਿਗੜ ਦੇ ਸਿਰ ਪਾਈਆਂ। ਸਰਦਾਰ ਕਰਮ ਸਿੰਘ ਝਿਗੜ ਉਹ ਬਬਰ ਅਕਾਲੀ ਲਹਿਰ ਦਾ ਪ੍ਰਧਾਨ ਸੀ। ਬਬਰ ਅਕਾਲੀ ਲਹਿਰ ਦਾ ਪ੍ਰਧਾਨ, ਉਹਨੂੰ 20 ਸਾਲ ਦੀ ਸਜ਼ਾ ਸੁਣਾਈ ਗਈ, 14 ਸਾਲਾਂ ਦੀ ਸਜ਼ਾ ਕੱਟੀ। ਆਪਾਂ ਦੀ ਜ਼ਮਾਨਤ ਹੋਣੀ ਸੀ 8 ਅਪ੍ਰੈਲ ਵਾਲੇ ਦਿਨ। ਜਦੋਂ ਉਹਦੀ ਜ਼ਮਾਨਤ ਮਨਜ਼ੂਰ ਹੋਈ ਤਾਂ ਜੋ ਜ਼ਮਾਨਤ ਮਨਜ਼ੂਰ ਹੋਈ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਹੋਣ ਤੋਂ 2 ਘੰਟੇ ਪਹਿਲਾਂ ਅਟੈਕ ਹੋ ਗਿਆ ਤੇ ਉਹ ਅੱਜ ਦੇ ਦਿਨ ਸਰੀਰ ਛੱਡ ਗਏ। ਅੱਜ ਦੇ ਦਿਨ ਜੇਲ੍ਹ ਦੇ ਵਿੱਚ ਉਹ ਸਰੀਰ ਤੇ ਆ ਗਿਆ ਹੈ 8 ਅਪ੍ਰੈਲ ਦਾ ਦਿਨ। 8 ਅਪ੍ਰੈਲ 1982 ਨੂੰ ਪੰਜਾਬ ਅਤੇ ਭਾਰਤ ਦੀ ਜੰਗ ਦਾ ਮੁੱਢ ਬਚਾ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਉਹ ਜਿਹੜਾ ਮੁੱਢ ਸੀ ਉਹ ਕਿਵੇਂ ਬਚਾ, ਉਹ ਸਤਲੁਜ ਜਮਨਾ ਨਹਿਰ ਦੀ ਨੀਂਹ ਪੱਥਰ, ਸਤਲੁਜ ਜਮਨਾ ਨਹਿਰ ਦਾ ਪਹਿਲਾ ਡਾਕ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੱਜ ਦੇ ਦਿਨ 8 ਅਪ੍ਰੈਲ 1982 ਵਾਲੇ ਦਿਨ ਲਾਇਆ ਸੀ। ਜਿਹੜਾ ਕਪੂਰੀ ਦੇ ਵਿੱਚ ਟੱਕ ਲੱਗਾ, ਉਹ ਕਪੂਰੀ ਦਾ ਮੋਰਚਾ ਬਾਅਦ ਵਿੱਚ ਲੱਗਾ, ਉਸ ਮੋਰਚੇ ਵਿੱਚ ਸਾਡੇ ਸਾਰੇ ਅੰਗ ਗ੍ਰਿਫਤਾਰ ਹੋਏ। ਬੀਬੀ ਰਜਿੰਦਰ ਕੌਰ ਉਹ ਬੀਬੀਆਂ ਦੇ ਨਾਲ ਬੜੇ ਸ਼ਾਂਤੀ ਦੇ ਢੰਗ ਦੇ ਨਾਲ ਫੇਸ ਤੇ ਲਾ ਕੇ ਮੰਨ ਲਓ ਉਹ ਸਰਕਾਰ ਦੇ ਅੱਖੀ ਘਟਾ ਪਾ ਕੇ ਕਪੂਰੀ ਜਾਣ ਵਿੱਚ ਸਫਲ ਹੋਏ। ਉਹਨਾਂ ਤੋਂ ਬਿਨਾਂ ਹੋਰ ਕਿਸੇ ਆਗੂ ਨੂੰ ਅੱਗੇ ਜਾਣ ਦਾ ਦਿੱਤਾ ਗਿਆ 8 ਅਪ੍ਰੈਲ ਦਾ ਦਿਨ। ਵੈਸੇ ਇਹ ਬਹੁਤ ਲੰਬੀ ਗਾਥਾ ਹੋ ਜਾਂਦੀ ਹੈ ਜੇ ਆਪਾਂ ਇਸੇ ਪਾਸੇ ਵੱਲ ਵਧਾ ਲਈਏ, ਪਰ ਇੱਕ ਪ੍ਰਮਾਣ ਹੋਰ ਕਹਿ ਲੱਗਾ ਅੱਜ ਦਾ ਦਿਨ ਕਿਹੜਾ ਇਤਿਹਾਸਕ ਦਿਨ ਹੈ। ਅੱਜ ਦੇ ਦਿਨ ਸਿੱਖ ਕੌਮ ਦੇ ਮਹਾਂ ਜਨਰਲ
सिंह को भान, भाई जुगराज सिंह को भान और बाबा आज के अनुसार सड़क माड़ी होशियार पिंड के अंदर बहुत बड़ा कुछ मुकाबला होया। उस तरह कुछ मुकाबले के अंदर पांच जोड़े दो हिस्से में कामने आप लोग बैठ गए, एक पास दो थे एक पास तेरह, दोनों जने ने कुछ ने मी वाली गोलियां दे बचो जो आपने आप लोग बाहर कढ़िया। भाई जुगराज सिंह को भान बड़ा सख्त फटल हो गया, एना फटल हो गया कि तुरंत तो आस बात रह गया। भाई बख्शी सिंह उन्होंने आखिया कि जुगराज सिंह तेन छड़ के नहीं जावे, वो अपने मोढ़िया से उठा के भाई बख्शी सिंह घरे अगे जाके ट्रैक्टर उन्होंने फड़िया, ट्रैक्टर के उत्ते बैठे पर पुलिस ने एना पीछा किया कि ट्रैक्टर अगे खेतों में जाके फस गया। ते आज के दिन 8 अप्रैल 1990 ईस्वी को उस कौम का महान अंबर का तारा भाई जुगराज सिंह को भान तो बाबा ਅਤੇ ਭਾਈ ਬਖਸ਼ੀ ਸਿੰਘ ਉਹ ਸ਼ਹਾਦਤ ਦਾ ਜਾਮ ਪੀ ਗਏ। ਤੁਹਾਡੀ ਜਾਣਕਾਰੀ ਵਾਸਤੇ ਦੱਸਾਂ ਜਦੋਂ ਤੂਫਾਨ ਸਾਹਿਬ ਸ਼ਹੀਦ ਹੋਇਆ ਸਿੱਖਾਂ ਨੇ ਜਿਹੜੀਆਂ ਧਾਹਾਂ ਮਾਰਦੀਆਂ ਮਾਰਦੀਆਂ ਹਿੰਦੂ ਧਾਹਾਂ ਮਾਰ ਮਾਰ ਕੇ ਰੋਂਦੇ ਸਨ। ਤੂਫਾਨ ਸਾਹਿਬ ਦਾ ਜਿਹੜਾ ਭੋਗ ਪਾਇਆ ਗਿਆ 21 ਅਪ੍ਰੈਲ ਨੂੰ ਪਾਇਆ ਗਿਆ ਸੀ। 21 ਅਪ੍ਰੈਲ ਦੇ ਭੋਗ ਦੇ ਕਾਰਨ ਸਾਧ ਸੰਗਤ ਸਭ ਜਾਣਦੇ ਤੁਹਾਡੇ ਕੋਲ ਹੋ ਸਕਦਾ ਇਸ ਇਤਿਹਾਸ ਨੂੰ ਕੋਈ ਜਾਣਦਾ ਹੋਵੇ, ਭੋਗ ਦੇ ਕਾਰਨ 25 ਕਿੱਲਿਆਂ ਦੇ ਉੱਤੇ ਦੀਵਾਨ ਸਜਾਇਆ, 25 ਕਿੱਲਿਆਂ ਦੇ ਦੀਵਾਨ ਸਜਾਇਆ ਸਾਡੇ ਗੁਰੂਆਂ ਦੀ ਸ਼ਾਨ ਦੇ ਬਰਖਿਲਾਫ
ਬੋਲਦਾ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਨਾਲ ਇਹ ਮੱਥਾ ਲਾਉਂਦਾ ਹੈ, ਇਹਦਾ ਮੱਥਾ ਫੁੱਟ ਜਾਏਗਾ। ਸੰਤ ਬਾਬਾ ਜਗਨਾਥ ਸਿੰਘ ਜੀ ਖਾਲਸਾ ਕਟੜਾ ਵਾਲੇ ਕਹਿੰਦੇ, ਕੋਈ ਗੱਲ ਨਹੀਂ, ਹਿੰਦੁਸਤਾਨੀ ਅਦਾਲਤ ਨੇ ਵਰੀ ਕਰ ਦਿੱਤਾ, ਪਰ ਖਾਲਸਾ ਦੀ ਕਚਹਿਰੀ ਵਿੱਚੋਂ ਵਰੀ ਨਹੀਂ ਉਹਨੂੰ ਕੀਤਾ ਜਾ ਸਕਦਾ ਹੈ। ਗੁਰੂ ਦਾ ਕੋਈ ਨਾ ਕੋਈ ਜਰਨੈਲ ਉੱਠੇਗਾ ਜਿਹੜਾ ਇਹਦੀ 21-41 ਟੱਕੇ ਭਾਜੀ ਵੋਟ ਦੇਗਾ। ਦੋ ਸੂਰਮੇ ਨਿਕਲੇ ਆ, ਵੈਸੇ ਦੋ ਦੋ ਬਣਾ ਕੇ, ਦੋ ਦੋ ਦੀ ਜੋੜੀ ਬਣਾ ਕੇ ਸੂਰਮੇ ਸਮੇਂ ਸਮੇਂ ਦੇ ਕਰਦੇ ਰਹੇ ਹੈ। ਇਹ ਮੈਂ ਗੱਲ ਪਹਿਲਾਂ ਵੀ ਤੁਹਾਡੇ ਨਾਲ ਪਿਛਲੀ ਵਾਰ ਸਾਂਝੀ ਕੀਤੀ ਸੀ। ਅਸਲੋਂ ਉਹਨਾਂ ਜੋੜੀਆਂ ਵਿੱਚੋਂ ਥੋੜ੍ਹਾ ਜਿਹਾ ਦ੍ਰਿਸ਼ਟਾਂਤ ਦਿੰਦਾ। ਬਾਬਾ ਅਜੀਤ ਸਿੰਘ ਤੇ ਬਾਬਾ ਜਲਾਲ ਸਿੰਘ ਦੀ ਜੋੜੀ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਜੋੜੀ, ਬਾਬਾ ਸੁਖਾ ਸਿੰਘ ਤੇ ਬਾਬਾ ਮਹਿਤਾਬ ਸਿੰਘ ਦੀ ਜੋੜੀ, ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਦੀ ਜੋੜੀ, ਸਾਸਰੇ ਕਿੰਨੀਆਂ ਜੋੜੀਆਂ ਖੜੀਆਂ, ਬਾਬਾ ਬੋਧਾ ਸਿੰਘ ਤੇ ਬਾਬਾ ਗੰਗਾ ਸਿੰਘ ਦੀ ਜੋੜੀ। ਇਹਨਾਂ ਜੋੜੀਆਂ ਦੇ ਵਿੱਚ ਇਹ ਜੋੜੀ ਹੈ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਦੀ ਜੋੜੀ, ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਜੋੜੀ, ਭਾਈ ਸੁਰਿੰਦਰ ਸਿੰਘ ਸੋਢੀ ਅਤੇ ਜਮਨ ਰਾਮ ਸਿੰਘ ਦੀ ਜੋੜੀ। ਕਿੰਨੀਆਂ ਜੋੜੀਆਂ ਵਿਗੜ ਸਕਦਾ ਹੈ। ਪਰ ਮੈਂ ਢਾਈ ਸਿੰਘ ਕਾਤਾ ਤਿਆਰ ਲੈ ਕੇ ਖਲੋਤੇ ਨੇ, ਉਹ ਕਾਤਾ ਪਾਉਣ ਲੱਗਾ। ਇਹਨਾਂ ਜੋੜੀਆਂ ਦੇ ਵਿੱਚੋਂ ਇਹ ਜੋੜੀ, ਇਹ ਜੋੜੀ ਦਾ ਨਾਮ ਹੈ ਭਾਈ ਕਾਬਲ ਸਿੰਘ ਅਤੇ ਭਾਈ ਰਣਜੀਤ ਸਿੰਘ। ਇਹ ਦੋਨੋਂ ਜਣੇ ਦਿੱਲੀ ਦੀ ਧਰਤੀ ਤੇ ਸਰਦਾਰ ਗਿਆਨ ਸਿੰਘ ਜੋ ਗੱਤਕੇ ਦੀ ਟ੍ਰੇਨਿੰਗ ਦਿੰਦੇ ਸਨ, ਉਹ ਗੱਤਕਾ ਅਖਾੜੇ ਤੇ ਜਾ ਕੇ ਗੱਤਕਾ ਸਿੱਖਦੇ, ਗੱਤਕਾ ਸਿੱਖਦੇ ਤੇ ਨਾਲ ਭੇਦ ਕੱਢਦੇ ਆ ਤੇ ਦਿੱਲੀ ਨਗਰ ਭਾਰੀਆ ਰਹਿੰਦਾ ਬੈਠੇ ਆ ਤੇ ਇਹ ਵੀ ਅਸੀਂ ਭਾਜੀ ਬੋਲਣ ਵਾਸਤੇ ਆਏ ਹਾਂ। ਪਤਾ ਲੱਗਾ ਕਿ ਨਰਕ ਭਾਰੀ ਦਾ ਸਤਾ ਸਤਾਰਿਆਂ ਵਿੱਚੋਂ ਇੱਕ ਸਤਾਰਾ ਡਾਕਟਰ ਦੇਸ਼ ਰਾਜ ਹੈ। ਡਾਕਟਰ ਦੇਸ਼ ਰਾਜ ਉਹਦੇ ਕੋਲੇ ਗਏ ਨੇ ਭਾਈ ਰਣਜੀਤ ਸਿੰਘ, ਕਹਿਣ ਲੱਗੇ ਵੀ ਮੇਰਾ ਮਨ ਬੜਾ ਖਰਾਬ ਰਹਿੰਦਾ, ਦਵਾਈ ਮੈਂ ਪਹਿਲਾਂ ਵੀ ਕਈ ਥਾਵਾਂ ਵਿਖਾ ਲਈ ਆ, ਜੇ ਭਾਰੀ ਪਸੰਦ ਆਉਂਦਾ ਤਾਂ ਦਵਾਈ ਦਿਓ। ਡਾਕਟਰ ਦੇਸ਼ ਰਾਜ ਨੇ ਦਵਾਈ ਦੇ ਦਿੱਤੀ ਤੇ ਘਰ ਆ ਕੇ ਉਹ ਦਵਾਈ ਖਾਣੀ ਨਹੀਂ ਰਹੇ, ਭਾਈ ਸਾਹਿਬ ਤੇ ਬਿਮਾਰੀ ਨਹੀਂ ਹੈ, ਬਿਮਾਰ ਤੇ ਹੈ ਹੀ ਨਹੀਂ। ਦੂਸਰੇ ਦਿਨ ਫਿਰ ਗਏ, ਡਾਕਟਰ ਸਾਹਿਬ ਕੋਈ ਆਰਾਮ ਨਹੀਂ ਆਇਆ, ਡਾਕਟਰ ਸਾਹਿਬ ਕੋਈ ਫਰਕ ਨਹੀਂ ਪਿਆ ਤੇ ਡਾਕਟਰ ਨੇ ਟੈਸਟ ਕੀਤਾ, ਉਹ ਟੈਸਟ ਦੀ ਰਿਪੋਰਟ ਲੈਬੋਰਟਰੀ ਵਾਲੇ ਨੂੰ ਦੁੱਗਣੇ ਰੁਪਈਏ ਦੇ ਕੇ ਜਾਲੀ ਰਿਪੋਰਟ ਬਣਵਾ ਕੇ ਫਿਰ ਡਾਕਟਰ ਦੇ ਕੋਲ ਲੈ ਗਿਆ। ਵੇਖੋ ਯਾਰ ਰਿਪੋਰਟ ਆਈ ਹੈ, ਡਾਕਟਰ ਨੇ ਹੋਰ ਦਵਾਈ ਬਦਲ ਦਿੱਤੀ ਪਰ ਖਾਣੀ ਨਹੀਂ ਰਹੇ, ਉਹਦੇ ਬਿਮਾਰੀ ਨਹੀਂ, ਉਹਦੇ ਤੰਦਰੁਸਤ ਹੈ, ਉਹਦੇ ਦੁਨੀਆਂ ਦੇ ਦੁੱਖ ਦੂਰ ਕਰਨ ਵਾਸਤੇ ਸਿੱਖਾਂ ਦੇ ਦਿਲਾਂ ਨੂੰ ਜਿਹੜਾ ਦੁੱਖ ਹੈਗਾ ਉਹ ਦੁੱਖ ਦੂਰ ਕਰਨ ਵਾਸਤੇ ਆਪ ਇੱਕ ਦਵਾ ਤਿਆਰ ਕਰਨ ਦੇ ਵਿੱਚ ਜੁੱਤੀ ਦੇ ਉੱਤੇ ਲੱਗੇ ਹੋਏ ਨੇ ਤੇ ਇੱਧਰ ਡਾਕਟਰ ਦੇ ਸਾਹਮਣੇ ਇੱਧਰ ਬੈਠੇ ਆਉਂਦੇ ਨੇ। ਕਹਿਣ ਲੱਗੇ ਡਾਕਟਰ ਸਾਹਿਬ ਮੈਨੂੰ ਤੇ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ, ਸਾਰਾ ਦਿਨ ਮੇਰਾ ਮਨ ਬੜਾ ਪਰੇਸ਼ਾਨ ਰਹਿੰਦਾ ਹੈ, ਸਮਝ ਨਹੀਂ ਆਉਂਦੀ ਕੀ ਗੱਲ ਹੈ, ਮੈਂ ਬੜੀਆਂ ਦਵਾਈਆਂ ਖਾ ਲਿਆ, ਡਾਕਟਰ ਸਾਹਿਬ ਬੁਰਾ ਨਾ ਬਣਾਓ ਮੈਂ ਤੁਹਾਡੇ ਨਾਲ ਸਾਹ ਕਰ। ਉਹ ਡਾਕਟਰ ਦੇ ਸਾਹਿਬ ਕਹਿੰਦਾ ਬੋਲੋ। ਕਹਿਣ ਲੱਗੇ ਵੀ ਮੈਨੂੰ ਇਹੋ ਲੱਗਦਾ ਭਾਈ ਮੈਨੂੰ ਜਿਹੜੀ ਕੋਈ ਬਿਮਾਰੀ ਆ ਨਾ ਇਹ ਡਾਕਟਰਾਂ ਦੇ ਵੱਸ ਦੀ ਨਹੀਂ ਹੈ, ਤਾਂ ਕਿਸੇ ਸੰਤ ਮਹਾਂਪੁਰਸ਼ ਦੇ ਹੱਥ ਵੱਸ ਦੀ ਗੱਲ ਹੈ। ਕਹਿੰਦਾ ਸੰਤ ਮਹਾਂਪੁਰਸ਼ ਦੇ ਕੋਲ ਜੇ ਤੁਹਾਨੂੰ ਕੋਈ ਪਤਾ ਹੋਵੇ ਦਿੱਲੀ ਦੀ ਧਰਤੀ ਤੇ ਚੰਗਾ ਸਾਧੂ ਕਿਹੜਾ ਹੈ ਉਹਦੇ ਕੋਲ ਮੈਨੂੰ ਜੇ ਲੈ ਜਾਵੋ, ਕਿਉਂਕਿ ਨਰਕ ਧਾਰੀਆ ਉਹ ਜਿਹੜਾ ਡਾਕਟਰ ਹੈ ਉਹਦੇ ਨਰਕ ਧਾਰੀਆ ਗੁਰਬਚਨ ਕੋਲ ਲੈ ਕੇ ਆਏ ਹਨ। ਭਾਈ ਰਣਜੀਤ ਸਿੰਘ ਨੇ ਉਹ ਡਾਕਟਰ ਦੇਸਰਾਜ ਦੇ ਨਾਲ ਆਪਣੇ ਦਰਦੀ ਕਿਹੜੀ ਡੁਬਲੀ ਕਿਹੜੀ ਬਿਮਾਰੀ ਦਾ ਜ਼ਿਕਰ ਕੀਤਾ ਹੈ, ਕਿਹੜੀ ਵਰਗੀ ਬਿਮਾਰੀ ਦਾ ਜ਼ਿਕਰ ਕੀਤਾ ਹੈ ਤੇ ਨਾਲ ਆਪਣੇ ਕੋਲੋਂ ਆਪ ਦੱਸਿਆ, ਆਮ ਡਾਕਟਰ ਨੂੰ ਆਪਾਂ ਇਲਾਜ ਬੜਾ ਦੱਸੀ ਦਾ, ਡਾਕਟਰ ਨੂੰ ਬਿਮਾਰੀ ਦੱਸੀ ਵੀ ਆ ਤੇ ਇਹ ਅਨੋਖਾ ਪ੍ਰੀ ਹੈ, ਆਪਣੀ ਬਿਮਾਰੀ ਨਹੀਂ ਸਗੋਂ ਆਪਣਾ ਇਲਾਜ ਦੱਸਣ ਲੱਗਾ ਹੈ ਕਿ ਮੇਰੀ ਜਿਹੜੀ ਬਿਮਾਰੀ ਆ ਇਹਦਾ ਇਲਾਜ ਕਿੱਦਾਂ ਹੋਣਾ ਹੈ ਜੇ ਤੇਰੀ ਬਹੁਤ ਜ਼ਿਆਦਾ ਇਲਾਜ ਕਰਵਾ ਦੇ। ਭਾਈ ਰਣਜੀਤ ਸਿੰਘ ਨੇ ਡਾਕਟਰ ਦੇਸ਼ ਰਾਜ ਦੇ ਕਾਫੀ ਘਟਾ ਜਿਹੜੇ ਪਾਇਆ ਉਹ ਦਾਸ ਤਾਂ ਕਟਿਆਲੇ ਵਾਲੇ ਘਾਟੀ ਦੱਸੇ ਦੀ ਜਵਾਨੋ ਇਹੋ ਸਰਪਣ ਕਰੋ।
ਡਾਕਟਰ ਕੋਲ ਨਹੀਂ ਹੈ ਤਾਂ ਕਿਸੇ ਮਹਾਂਪੁਰਸ਼ ਦੇ ਕੋਲ ਇਲਾਜ ਹੋਣਾ ਹੈ। ਪਰ ਮੈਂ ਦਿੱਲੀ ਦੀ ਧਰਤੀ ਦੇ ਉੱਤੇ ਕੰਮ ਕਰਨ ਵਾਲਾ ਬੰਦਾ, ਪੰਜਾਬ ਰਹਿਣ ਵਾਲਾ ਬੰਦਾ, ਮੈਨੂੰ ਦਿੱਲੀ ਬਾਰੇ ਪਤਾ ਨਹੀਂ ਹੈ ਕਿ ਇੱਥੇ ਕੌਣ ਕੋਈ ਚੰਗਾ ਲੇਖ ਸਾਧੂ ਰਹਿੰਦਾ ਹੈ। ਹੁਣ ਡਾਕਟਰ ਸੋਚਦਾ ਹੈ, ਕਹਿਣ ਲੱਗਾ ਵੀ ਅਮਰਤ ਧਾਰੀ ਬੰਦਾ ਜੇ ਸਾਡੇ ਜਾਲ ਵਿੱਚ ਫਸਿਆ ਤਾਂ ਹੋ ਕੀ ਜਾਈਦਾ, ਇਹਨੂੰ ਅਸੀਂ ਨਰਕ ਧਾਰੀ ਮੰਡਲ ਵਿੱਚ ਲੈ ਕੇ ਜਾਵਾਂਗੇ। ਉਹ ਕਹਿਣ ਲੱਗੇ ਵੀ ਜੇ ਤੂੰ ਕਿਸੇ ਸਾਧੂ ਦੀ ਪਹਾੜ ਵਿੱਚ ਆਇਆ ਫਿਰ ਮੈਂ ਤੈਨੂੰ ਆਪਣੇ ਸਾਧੂ ਦੇ ਕੋਲ ਲੈ ਕੇ ਜਾਂਦਾ। ਭਾਈ ਸਾਹਿਬ ਬੜੇ ਭੋਲੇ ਬਣ ਕੇ ਕਹਿੰਦੇ ਤੁਹਾਡਾ ਸਤਿਗੁਰੂ ਕਿਹੜਾ? ਉਹ ਕਹਿਣ ਲੱਗੇ ਸੰਤ ਬਾਬਾ ਗੁਰਬਚਨ ਸਿੰਘ ਜੀ ਨਿਰੰਕਾਰੀ, ਉਹ ਬਾਬੇ ਗੁਰਬਚਨ ਸਿੰਘ ਦੇ ਕੋਲ ਤੈਨੂੰ ਲੈ ਕੇ ਜਾਵਾਂ। ਭਾਈ ਸਾਹਿਬ ਅੱਗੋਂ ਭੋਲੇ ਬਣ ਕੇ ਆਪਦੇ ਕਹਿੰਦੇ ਮੈਂ ਅੰਮ੍ਰਿਤ ਛਕਿਆ ਹੋਇਆ ਤੇ ਤੁਹਾਡੇ ਨਿਰੰਕਾਰੀ ਭਵਨ ਦੇ ਬਾਹਰ ਜਿਹੜੇ ਸਿਕਿਉਰਟੀ ਗਾਰਡ ਬੈਠੇ ਹੁੰਦੇ ਆ ਉਹਨਾਂ ਨੇ ਮੈਨੂੰ ਅੱਗੇ ਨਹੀਂ ਲੈਣ ਦੇਣਾ। ਇਹ ਡਾਕਟਰ ਕਹਿੰਦਾ ਇਹ ਜ਼ਿੰਮੇਵਾਰੀ ਮੇਰੀ ਆ, ਇਹ ਕੰਮ ਮੇਰਾ ਮੇਰੇ ਨਾਲ ਜਾਏਗਾ, ਤੈਨੂੰ ਕੋਈ ਰੋਕੇਗਾ। ਹੁਣ ਭਾਈ ਰਣਜੀਤ ਸਿੰਘ ਨੇ ਆਪਣੇ ਮਨ ਦੇ ਵਿੱਚ ਬੜਾ ਚਾਅ ਮਹਿਸੂਸ ਕੀਤਾ, ਉਹਦੇ ਦਿਲ 'ਚ ਲੱਡੂ ਭਰਦੇ ਆ ਭਾਈ ਗੱਲ ਬਣ ਚੱਲੀ ਆ, ਇਹ ਗੱਲ ਉਹਦੇ ਤੱਕ ਪਹੁੰਚ ਜਾਣੀ ਹੈ ਸਹੀ ਤੇ ਅੱਗੇ ਗੁਰੂ ਨਾਨਕ ਦੇਵ ਕਿਰਪਾ ਹੋਰ ਜਾਣਗੇ ਰਸਤਾ ਬਣਦਾ ਜਾਊਗਾ। ਹੁਣ ਨਰਕ ਧਾਰੀਏ ਦੇ ਨਾਲ ਇਹ ਨਰਕ ਧਾਰੀਏ ਦੇਸ ਰਾਜ ਦੇ ਨਾਲ ਇਹ ਦੇਸ ਰਾਜ ਸੱਤਾਂ ਸਤਾਰਿਆਂ ਵਿੱਚੋਂ ਇੱਕ ਸਤਾਰਾ ਹੈ। ਇਹ ਸੱਤ ਸਤਾਰੇ ਕਿਹੜੇ ਨੇ ਇਹ ਵੀ ਸ਼ਾਇਦ ਬਹੁਤੀਆਂ ਸੰਗਤਾਂ ਨੂੰ ਨਾ ਪਤਾ ਹੋਵੇ। ਆਪਾਂ ਪੰਜ ਪਿਆਰੇ ਸਾਹਿਬਾਨਾਂ ਦੀ ਚੋਣ ਦਾ ਦਿਨ ਮਨਾ ਰਹੇ, ਖਾਲਸਾ ਸਾਜਨਾ ਦਿਵਸ ਮਨਾ ਰਹੇ, ਖਾਲਸਾ ਸਾਜਨਾ ਦਿਵਸ ਸਾਜਨਾ ਸਰਬ ਜਿਹੜਾ ਇਹਦੇ ਪਿੱਛੇ ਬਹੁਤ ਤਕੜੀ ਫਿਲਾਸਫੀ ਹੈ। ਆਪਾਂ ਪੱਗ ਬੰਨਦੇ ਨਹੀਂ, ਦਸਤਾਰ ਬੰਨਦੇ ਨਹੀਂ, ਦਸਤਾਰ ਸਜਾਉਂਦੇ ਹੈ। ਕੜਾ ਪ੍ਰਸ਼ਾਦ ਆਪਾਂ ਗੁਰੂ ਚਰਨਾਂ 'ਚ ਲਿਆ ਕੇ ਰੱਖਦੇ ਨਹੀਂ ਹੈ, ਕੜਾ ਪ੍ਰਸ਼ਾਦੀ ਦੇਖ ਆਪਾਂ ਗੁਰੂ ਦਰਬਾਰ ਵਿੱਚ ਸਜਾਉਂਦੇ ਹੈ। ਆ ਜਿਹੜਾ ਹੁਣ ਤੁਸੀਂ ਗੁਰੂ ਦਰਬਾਰ ਦਾ ਆਨੰਦ ਮਾਣ ਰਹੇ ਹੈ, ਇਹ ਦੀਵਾਨ ਆਪਾਂ ਕਰਦੇ ਨਹੀਂ, ਦੀਵਾਨ ਆਪਾਂ ਸਜਾਉਂਦੇ ਹੈ। ਇਹ ਸਾਡੀਆਂ ਗੱਲਾਂ ਇੱਕ ਹੀ ਗੱਲ ਦੇ ਵਿੱਚ ਬਹੁਤ ਬੜੇ ਗੁੱਝੇ ਭੇਜ ਰਹੇ। ਆਉਣ ਵਾਲੇ ਦਿਨਾਂ ਅੰਦਰ ਖਾਸ ਸਾਜਨਾ ਸਾਜਨਾ ਸ਼ਬਦ ਬਾਰੇ ਮੈਂ ਤੁਹਾਡਾ ਫਿਰ ਧਿਆਨ ਕੀਤੇ ਰਵਾਂਗਾ। ਅੱਜ ਘੜੀ ਵੀ ਸੁਣੀ ਮੈਨੂੰ ਲੱਗਦਾ ਵੀ ਥੋੜ੍ਹਾ ਜ਼ਿਆਦਾ ਤੇਜ਼ ਦੌੜਦੀ ਆ, ਇਸ ਲਈ ਮੈਂ ਗੱਲ ਨੂੰ ਥੋੜ੍ਹਾ ਨੇੜੇ ਕਰਾਂ। ਸਾਹਮਣੇ ਗੱਲ ਹੈ ਤੁਸੀਂ ਕਿ ਦੇਸ਼ ਰਾਜ ਸਤਾਰਾਂ ਸਤਾਰੇ ਵਿੱਚੋਂ ਇੱਕ ਸਤਾਰਾ, ਗੁਰੂ ਸਾਹਿਬ ਨੇ ਪੰਜ ਪਿਆਰੇ ਸਾਜੇ ਆ ਤੇ ਇਹ ਨਰਕ ਧਾਰੀਆਂ ਨੇ ਸੱਤ ਸਤਾਰੇ ਬਣਾਏ ਆ। ਇਹ ਸਾਜੇ ਕਿਹੜੇ ਦੱਸ ਸਕਦੇ ਬਣਾਏ ਨਹੀਂ ਕਹਿੰਦੇ ਸੀ, ਇਹ ਸੱਤ ਸਤਾਰੇ ਇਹਨਾਂ ਨੇ ਬਣਾਏ ਹੋਏ ਆ ਤੇ ਲੋਕਾਂ ਦੇ ਸਾਹਮਣੇ ਦੱਸਦੇ ਪਏ ਗੁਰੂ ਗੋਬਿੰਦ ਸਿੰਘ ਨੇ ਤੇ ਪੰਜ ਬਣਾਏ ਸੀ, ਅਸੀਂ ਸੱਤ ਬਣਾਏ ਆ। ਇਹ ਸੱਤਾਂ ਸਤਾਰਿਆਂ ਦੇ ਵਿੱਚੋਂ ਇੱਕ ਸਤਾਰਾ ਗੋਸ਼ਣ ਸਿੰਘ ਸੀ, ਉਹ ਭਾਈ ਸੁਰਿੰਦਰ ਸਿੰਘ ਸੋਹਣੀ ਨੇ ਨਰਕਾਂ ਦੀ ਗੱਡੀ ਕਾਢਿਆ ਸੀ ਤੇ ਇੱਕ ਸਤਾਰਾ ਕੁਲਤਾਰਾ ਮਹੰਤ ਸੀ, ਉਹ ਭਾਈ ਸੁਰਾਜ ਸਿੰਘ ਤੂਫਾਨ ਨੇ ਗੱਡੀ ਕਾਢਿਆ ਸੀ ਤੇ ਸਤਿਕਾਰ ਤੂਫਾਨ ਸਾਹਿਬ ਦਾ ਵੀ ਸ਼ਹੀਦੀ ਦਿਨ ਹੈ। ਤੇ ਇਹ ਜੇ ਹੋਰ ਚੇਤੇ ਰੱਖੋ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਪ ਬੈਠੇ ਹੈ। ਇਹਨਾਂ ਸੱਤਾਂ ਸਤਾਰਿਆਂ ਵਿੱਚੋਂ ਇੱਕ ਸਤਾਰਾ ਰੋਸ਼ਨ ਸਿੰਘ, ਇੱਕ ਕੁਲਤਾਰਾ ਮਹੰਤ, ਇੱਕ ਡਾਕਟਰ ਦੇਸਾਲ। ਡਾਕਟਰ ਦੇਸਾਲ ਭਾਈ ਰਣਜੀਤ ਸਿੰਘ ਨੂੰ ਲੈ ਕੇ ਨਰਕ ਧਾਰੀ ਮੰਡਲ ਦੇ ਵਿੱਚ ਆਇਆ ਗਿਆ। ਵੈਸੇ ਉਹਨਾਂ ਦਾ ਨਾਮ ਨਰਕ ਧਾਰੀ ਨਹੀਂ ਹੈ, ਨਿਰੰਕਾਰੀ ਮੰਡਲ ਕਹਿੰਦੇ ਨੇ। ਉਹ ਅਸਲ ਵਿੱਚ ਨਿਰੰਕਾਰੀ ਨਹੀਂ ਹੈ, ਮੈਂ ਪਹਿਲਾਂ ਦੱਸਿਆ ਸੀ ਕਿ ਉਹਦੇ ਸ਼ਰਾਬੀਆਂ ਦੀਆਂ ਜਬੜੀਆਂ ਨੇ ਜਿਹੜੀਆਂ ਉਹਨਾਂ ਅਵਤਾਰ ਬਾਣੀ ਲਿਖੀ ਹੋਈ ਹੈ, ਉਹਦੇ ਕੇਵਲ ਤੇ ਕੇਵਲ ਕਮਲਿਆਂ ਦੇ ਬੋਲ ਹੈ। ਹੁਣ ਉਹਨਾਂ ਨੇ ਨਿਰੰਕਾਰੀ ਮੰਡਲ ਵਿੱਚ ਜਾ ਕੇ ਬੜਾ ਭੋਲਾ ਪੰਛੀ ਬਣ ਕੇ ਸੱਤ ਸਹਿਜ ਸੁਣਿਆ। ਮਨ ਨੂੰ ਬੜਾ ਦੁੱਖ ਹੁੰਦਾ ਹੈ ਜਦੋਂ ਗੁਰਬਾਣੀ ਦੀ ਉਹ ਕੋਈ ਬਣਦੀ ਵੀ ਤੋੜ ਮਰੋੜ ਕਰਨ ਦੀ ਭਾਵਨਾ ਲੈ ਕੇ ਲੋਕਾਂ ਦੇ ਵਿੱਚੋਂ ਮੋਹਾਂ ਠੱਗੀਆਂ ਚਾਲਾਂ ਚੱਲਦੇ ਆ, ਪਰ ਭਾਈ ਰਣਜੀਤ ਸਿੰਘ ਨੇ ਆਪਣੇ ਗੁੱਸੇ ਤੇ ਕਾਬੂ ਪਾਇਆ। ਇਹ ਗੱਲ ਹੋਰ ਚੇਤਾ ਰੱਖਿਓ, ਜਿਹੜਾ ਬੰਦਾ ਆਪਣੇ ਗੁੱਸੇ ਤੇ ਕਾਬੂ ਨਾ ਪਾਉਣਾ ਜਾਂਦਾ ਹੋਵੇ ਨਾ, ਉਹ ਕਦੇ ਕਾਮਯਾਬ ਨਹੀਂ ਹੁੰਦਾ, ਉਹ ਕਦੇ ਕਾਮਯਾਬ ਨਹੀਂ ਹੁੰਦਾ। ਗੁੱਸੇ ਨੇ ਉਹਦੇ ਕਾਬੂ ਪਾ ਲਿਆ। ਜਿਵੇਂ ਮੱਸੇ ਰਵੀ ਨੂੰ ਵੇਖ ਕੇ ਭਾਈ ਮਹਿਤਾਬ ਸਿੰਘ ਤੇ ਭਾਈ ਸੁਖਾ ਸਿੰਘ ਨੇ ਆਪਣੇ ਗੁੱਸੇ ਤੇ ਕੁਝ ਸਮੇਂ ਵਾਸਤੇ ਕਾਬੂ ਪਾ ਲਿਆ ਸੀ ਕਿ ਇਹ ਨੇ ਪਹਿਲਾਂ ਇਹੋ ਜਿਹੀਆਂ ਹਰਕਤਾਂ ਨੂੰ ਵੇਖ ਲਈਏ ਕਰਦਾ ਕੀ ਹੈ, ਕੁਝ ਸਮੇਂ ਵਾਸਤੇ ਉਹਨਾਂ ਕਾਬੂ ਪਾਇਆ। ਹੁਣ ਭਾਈ ਰਣਜੀਤ ਸਿੰਘ ਨੇ ਗੁੱਸੇ ਤੇ ਕਾਬੂ ਪਾਇਆ, ਸੱਤ ਸਿੰਘ ਸੁਣ ਕੇ ਪੂਰਾ ਨਿਰੰਕਾਰੀ ਮੰਡਲ ਆਲੇ ਦੁਆਲੇ ਘੁੰਮ ਕੇ ਵੇਖਦੇ ਤੇ ਇੱਕ ਦਰਵਾਜ਼ਾ ਥੋੜ੍ਹਾ ਜਿਹਾ ਟੁੱਟਿਆ ਹੋਇਆ ਹੈ। ਡਾਕਟਰ ਦੇਸਰਾਜ ਨੂੰ ਕਹਿਣ ਲੱਗਾ ਵੀ ਇੱਥੇ ਆ ਕੇ ਮੇਰਾ ਦਿਲ ਬਣਾ ਲੱਗਾ, ਜਿਹੜੇ ਮੇਰੇ ਮਨ ਨੂੰ ਉਹ ਚਾਠੀ ਲੱਗੀ ਰਹਿੰਦੀ, ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲੀ ਹੈ। ਮੇਰਾ ਦਿਲ ਕਰਦਾ ਕਿ ਮੈਂ ਇੱਥੇ ਕੋਈ ਸੇਵਾ ਕਰਾਂ। ਮਹਾਂਪੁਰਸ਼ਾਂ ਨੂੰ ਪੁੱਛਿਆ ਜਿਹੜਾ ਦਰਵਾਜ਼ਾ ਟੁੱਟਿਆ ਪਿਆ, ਮੈਂ ਲੱਕੜ ਵੇਚ ਰਹੀ ਹਾਂ, ਜਿਹਦਾ ਦਾ ਕੋਈ ਨਕਸ਼ਾ ਦੇ ਰਿਹਾ ਅਸੀਂ ਲੱਕੜੀ ਦਾ ਕੰਮ ਉਹਦਾ ਤਾਂ ਤਿਆਰ ਕਰ ਲਈਦਾ ਹੈ, ਤੇ ਜੇ ਸੰਤ ਜੀ ਮਹਾਰਾਜ ਆਗਿਆ ਦੇ ਦੇਣ ਤੇ ਮੈਂ ਦਰਵਾਜ਼ਾ ਠੀਕ ਕਰ ਸਕਦਾ। ਤੇ ਉਹਨਾਂ ਨੇ ਆਗਿਆ ਰੱਖ ਦਿੱਤੀ, ਕਹਿੰਦੇ ਸੰਤ ਜੀ ਵੀ ਆਗਿਆ ਪਰ ਤੁਸੀਂ ਦਰਵਾਜ਼ਾ ਠੀਕ ਕਰ ਲਈ, ਜੇ ਸੇਵਾ ਕਰਨੀ ਤਾਂ ਵਾਜੇ ਹੋ। ਭਾਈ ਰਣਜੀਤ ਸਿੰਘ ਨੇ ਬੜੀ ਲਗਨ ਦੇ ਨਾਲ ਇਹ ਦਰਵਾਜ਼ਾ ਠੀਕ ਕਰ ਦਿੱਤਾ। ਦਰਵਾਜ਼ੇ ਨੇ ਨਰਕ ਧਾਰੀਏ ਦੇ ਬੈਠਾ ਦਰਵਾਜ਼ਾ ਪਹਿਲਾਂ ਰੋਲ ਵਧੀਆ, ਉਹ ਕਹਿਣ ਲੱਗਾ ਕਾਕਾ ਜੇ ਤੈਨੂੰ ਰੰਕਾਰੀ ਮੰਡਲ ਦੇ ਵਿੱਚੋਂ ਇਹ ਕਾਰਪੈਂਟ ਦੀ ਲੱਕੜੀ ਦੇ ਸਾਰੇ ਕੰਮ ਦੀ ਸੇਵਾ ਮਿਲ ਜਾਏ ਤਾਂ ਦੱਸ ਕਿਵੇਂ
ਕੇ ਗਿਆ ਸੀ ਇੱਕ ਦਿਨ ਵਾਸਤੇ ਪਰ ਪੱਕਾ ਨੌਕਰ ਬਣ ਗਿਆ ਸੀ ਤੇ ਨੌਕਰ ਬਣ ਕੇ ਉਹਨੇ ਕਿਹੜੇ ਚੱਕਰੀਆਂ ਘੁਮਾਈਆਂ ਤੁਸੀਂ ਸਾਰੇ ਜਾਣਦੇ ਹੋ ਕਿਵੇਂ ਘੋੜਾ ਲੈ ਕੇ ਹੋ ਗਿਆ ਭਾਈ ਰਣਜੀਤ ਸਿੰਘ ਕਹਿਣ ਲੱਗੇ ਵੀ ਸੰਤ ਜੀ ਮੇਰੇ ਤੇ ਭਾਰ ਫੁੱਲ ਜਾਣਗੇ ਜੇ ਤੁਸੀਂ ਮੈਨੂੰ ਕੋਈ ਸੇਵਾ ਦੇ ਦਿਓ ਕਹਿੰਦੇ ਕਿਹਦੇ ਪਾਸੇ ਲੈਣੇ ਉਹ ਕਹਿੰਦੇ ਜੀ ਜੋ ਮਰਜ਼ੀ ਦੇ ਦਿਓ ਉਹ ਪੈਸੇ ਲੈਣ ਨਹੀਂ ਆਇਆ ਉਹ ਇਹਨਾਂ ਦਾ ਕਰਜ਼ਾ ਉਤਾਰਨ ਵਾਸਤੇ ਆਇਆ ਤੇ ਅੱਜ ਬਾਕੀਆਂ ਦੇ ਵਜ੍ਹਾ ਦਾ ਕੰਮ ਕੀਤਾ ਹੈ ਦੁਰਵਜਾ ਕਹਿਣ ਲੱਗੇ ਵੀ ਕਾਕਾ ਬਹੁਤ ਤਕੜਾ ਮਿਸਤਰੀ ਆ ਤੂੰ ਭਾਈ ਰਣਜੀਤ ਸਿੰਘ ਕਹਿਣ ਲੱਗੇ ਵੀ ਕੰਮ ਜ਼ਿਆਦਾ ਮੇਰੇ ਨਾਲ ਇੱਕ ਸਹਾਇਕ ਹੋਰ ਚਾਹੀਦਾ ਹੈ ਮੈਂ ਇੱਕ ਮਿਸਤਰੀ ਹੋਰ ਪਾਣੀ ਆ ਗਿਆ ਹੋਵੇ ਤੇ ਲੈ ਕੇ ਆਵਾਂ ਉਹ ਕਹਿਣ ਲੱਗੇ ਲਿਆ ਅਗਲਾ ਮਿਸਤਰੀ ਉਹਨਾਂ ਨੇ ਭਾਈ ਬਾਬਾ ਸਿੰਘ ਨੂੰ ਨਾਲ ਬੁਲਾ ਲਿਆ ਹੁਣ ਲੱਕੜੀ ਦਾ ਕੰਮ ਬੜੇ ਤਸੱਲੀ ਨਾਲ ਕਰਦੇ ਆ ਇੱਕ ਲੱਕੜਾਰੀਆ ਕਹਿੰਦਾ ਮੈਂ ਮੁੰਡੇ ਤੁਸੀਂ ਬੜੇ ਕਾਹਲੀ ਕਰ ਭਾਈ ਰਣਜੀਤ ਸਿੰਘ ਨੇ ਮਿੱਠੀ ਦੀ ਬੋਲੀ ਦੇ ਵਿੱਚ ਗੱਲ ਕਹੀ ਕਹਿਣ ਲੱਗਾ ਹਾਂ ਸੰਤ ਜੀ ਇੱਕ ਵਾਰ ਜਿਹੜੀ ਮੰਜੀ ਠੋਕਦੀ ਹੈ ਮੁੜ ਕੇ ਹਿੱਲਣ ਜੋਗਾ ਨਹੀਂ ਰਹਿੰਦਾ ਇੱਕ ਵਾਰ ਜਿਹੜੀ ਮੰਜੀ ਠੋਕਦੀ ਹੈ ਨਾ ਉਹ ਮੁੜ ਕੇ ਆ ਜਾਂਦੀ ਚੁਗਲ ਹਿੱਲਦੀ ਕੋਈ ਨਹੀਂ ਹੁਣ ਲੱਕੜਾਰੀਆ ਦੀ ਸਮਝਿਆ ਵੀ ਕਿਹੜੀ ਮੰਜੀ ਠੋਕਣ ਦੀ ਗੱਲ ਕਰ ਰਿਹਾ ਇਹ ਕਿਹੜੀ ਮੰਜੀ ਠੋਕੂਗਾ ਕਿਸੇ ਨੂੰ ਨਹੀਂ ਪਤਾ ਆਹ ਬਾਬਾ ਨੇ ਲਿਖਿਆ ਇਹ ਮੈਂ ਬਾਬਾ ਫਰੀ ਚੰਦ ਉਹ ਜਿਹੜੇ ਭੇਸ ਬਦਲਾਉਣ ਦੇ ਬਾਹਰ ਨੇ ਉਹ ਸੈਂਗਲ ਤੋਂ ਲਿਖਿਆ ਭੇਸ ਬਦਲਾਉਣਾ ਸਾਡੇ ਧਰਤੀ ਬੜੀ ਪੁਰਾਣੀ ਰੀਤ ਹੈ ਸਤਿਗੁਰੂ ਨਾਨਕ ਪਾਤਸ਼ਾਹ ਮੱਕੇ ਦੀ ਧਰਤੀ ਕੀਤੇ ਗਏ ਭਾਈ ਗੁਰਦਾਸ ਨੇ ਲਿਖਿਆ ਨੀਲ ਵਸਤਰ ਧਾਰੇ ਪਰਵਾਰੀ ਨੀਲੇ ਰੰਗ ਦੇ ਕੱਪੜੇ ਪਾ ਕੇ ਗਏ ਦੋ ਬੜੇ ਰਾਜੇ ਸ਼ਾਹ ਜਹਾਨ ਦੇ ਕਰਮਚਾਰੀਆਂ ਸੰਗਤ ਕੋਲ ਖੋਹੇ ਛੇਵੇਂ ਪਾਤਸ਼ਾਹ ਦੇ ਪਿਆਰੇ ਸਿੰਘ ਬਾਬਾ ਫਰੀ ਚੰਦ ਨੇ ਦੋਨੋਂ ਬੜੇ ਭੇਸ ਵਧਾ ਕੇ ਲੈ ਕੇ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਵਾਸੀ ਵਾਲੇ ਦੀ ਧਰਤੀ ਤੋਂ ਉਸ ਦੇ ਪੀਰ ਦਾ ਰੂਪ ਧਾਰ ਕੇ ਭੇਸ ਵਧਾ ਕੇ ਸਤਿਗੁਰੂ ਜੀ ਦੇ ਕੋਲੇ ਅੱਜ ਬਾਬਾ ਫਰੀ ਚੰਦ ਵਾਲੀ ਚਾਲ ਚੱਲਦਾ ਹੈ ਬਾਬਾ ਸੁਖਾ ਸਿੰਘ ਤੇ ਬਾਬਾ ਮਹਿਤਾਬ ਸਿੰਘ ਵਾਲੀ ਚਾਲ ਚੱਲਦਾ ਕੌਣ ਭਾਈ ਰਣਜੀਤ ਸਿੰਘ ਮਿਸਤਰੀ ਬਣ ਕੇ ਉਹਨਾਂ ਦੀ ਕਿਹੜੀ ਮਰਜ਼ੀ ਠੋਕਣ ਦਾ ਪ੍ਰੋਗਰਾਮ ਬਣਾ ਲਿਆ ਆ ਢਾਡੀ ਅੰਦਰ ਕੋ ਸਰਵਣ ਕਰਿਓ ਢਾਡੀ ਰਣਜੀਤ ਸਿੰਘ ਪ੍ਰੀਤ ਢਾਡੀ ਇਸ਼ਪਾਲ ਸਿੰਘ ਖੁਸ਼ਰ ਸੰਗੀ ਮਾਸਟਰ ਹਰਦੀਪ ਸਿੰਘ ਦੀਪ ਕੜਿਆਲੇ ਵਾਲਾ ਢਾਡੀ ਦਾ ਉਹ ਰਿਸ਼ਤਾ ਆਪ ਜੀ ਦੀ ਸੇਵਾ ਦੇ ਵਿੱਚ ਜਿਸ ਜਿਸ ਤਰੀਕੇ ਦੇ ਨਾਲ ਆਪਣੀ ਮਮਤਾ ਕਹੀ ਜਾਣ ਲੱਗੀ ਆ ਬੱਬੇ ਦਾ ਕਹਿੰਦੇ ਇਹਦਾ ਮੈਂ ਲੈਕਚਰ ਕੋਈ ਨਹੀਂ ਕਰਿਆ ਇਹ ਜੀ ਲੱਖਰ ਆਪਣੇ ਆਪ ਵਿੱਚ ਲੈਕਚਰ ਹੈ ਤੁਹਾਡੇ ਦਿਲਾਂ ਵਿੱਚ ਦੱਸਦੀ ਜਾਣੀ ਹੈ ਬਾਬਾ ਬੀਰੀ ਚੰਦ ਵਾਲੀ ਜੋਰਾ ਚਾਰ ਚੜਦਾ
सचखंड वासी बापू सोण श्री शीतल जी ने जो गुरु अर्जन देव महाराज जी की शहादत की साखी लिखी आ उन्होंने शब्द लिखा कि बादशाह ने आख्या गुरु अर्जन देव जी को कि जो तू मुसलमान बन जाए तो तेरी जान बख्शी जा सकती। गुरु अर्जन देव जी आखते हैं कि अपने धर्म छड़न के नालों सात जन्म कोई होकर मर जाना चंगा है। तो बापू शीतल साहब ने एक गल लिखी है कह लगे गुरु अर्जन देव जी कह लगे भाई अपने धर्म को छड़ देने के नालों सात जन्म कोई होकर मर जाना चंगा पर अपने धर्म को छड़ना उदो भी ज्यादा वाड़ी लगे अपने धर्म को भी छड़ा जा सकता है। साथ जगह देखो पठियाले का कशा सिर के उत्ते घूमना है तभी तभी उत्ते चौकड़ा मार के बैठना है पर अपना धर्म छड़ वास्ते तैयार नहीं। माफ करे वाजा पर चढ़ा खाने या चढ़ा पहने सब अपना धर्म छड़ नहीं लगता। एक तो बड़ी सभी और बात किस्म की हो सकती किसे टाइम कोई बंदा आखदा पे अमृत छड़ा है वो कहता बस थोड़े जा होर काम आ कर लेंगे थोड़े जा अपने पैरी हो जाइए फिर दुनिया की परवाह कोई नहीं होनी। साथ संगत माफ करो इतने अमरीका कनेडा में बसन वाले थोड़े तो तुझे कोई भी नहीं कह सकता कि असं अपने पैरी नहीं असं स्टैंड नहीं है कोई भी नहीं कह सकता कि असं अपनी जिंदगी को अगे डग मुकाउंदी रखते हैं। मैं आप सारिया संगतों को बेनती करांगा भाई जे कितने कमजोरी है तो कमजोरी किसे बंदे ने दूर नहीं करनी गुरु महाराज के चरणा अरदास करो दाता कृपा कर साडी कमजोरियां दूर होण असि तुहाडी कृपा दे पात्र बणीए आउण वाली 12 तरीक नूं असि खंडे रटे दी पौन प्राप्त करके तुहाडे रहणा दा दूर बणीए। अज लोक गुरु दरबार च पौंदे ते सामने चलोवा साडे उते लाए लिखी आ कि खास साहब जो रूप है खास हुण आपां बैठणा आपां दोवां दे खास रूप बणना है जां आपां रूप बणना है खास साहब जो रूप है खास आओ आपां दोवां दे खास रूप बणन वास्ते अरदास करिए
ਇਹ ਤੋਂ ਵੱਡੀ ਹੋਰ ਕੀ ਕਮਜ਼ੋਰੀ ਹੋ ਸਕਦੀ? ਸਮਝਣਾ ਪਏਗਾ ਇਹ ਧਰਮੀਆਂ ਹੋਣ ਵਾਲਾ ਸਰਕਾਰੀ ਬੱਸ ਸਟੈਂਡਾ ਨਰਕਧਾਰੀਆਂ ਤੋਂ ਬਚਣਾ ਲਾਲ ਹੋਤੀਆਂ ਬੜੀਆਂ ਹੁਕਮਾਂ ਵਾਲੀਆਂ ਗੱਡੀਆਂ ਆਈਆਂ
कड़ी था लगा दोनों थोड़े एक्शन करके हवा का गलत करते हुए निकल गए। सरकार ने अखी पैठा पै गया, सरकार हाथ भर दी रह गई। वो जो एडी जेड सिक्योरिटी दी वो किधर गई जेड सिक्योरिटी? जो सिख अपनी आई थे उन्हें टीसी का वेद झाड़ दे दिया तो सिख किस मिट्टी का बने आ एक ही ताकत है सिखा दे बोले बस ये दो ताकत ने सात सिखा एक गुरु का भरोसा एक अमृत की शक्ति गुरु का भरोसा एक अमृत की शक्ति सिख को फौलाद की तरह उसका शरीर बना दी है। आप सारे संगत में अमृत धारी होने की बेनती करता हुआ होने गलतियां की आप संगत को माफी मांगता है। भाई साहब भाई सरजीत सिंह जी जो बड़े विद्वान कथावाच ने वो थोड़े दर्शन करने वास्ते आ गए ने ते मैं ज्यादा समा ना लेता हुआ होने गलतियां की आप लोग माफी मांगता हुआ फतेह अर्ज करने लगा हां। सारी संगत आपको जी वाहेगुरु जी का खालसा वाहेगुरु जी की फतेह।